ਅਮਰੀਕਾ ਕੈਨੇਡਾ ਤੇ ਸਭ ਦੋਸਤਾਂ ਦਾ ਸਵਾਗਤ ਹੈ ਕੋਵਿਡ-19 ਦੇ ਚੱਲਦਿਆਂ ਵੱਖਰੇ-ਵੱਖਰੇ ਪਾਇਲਟ ਪ੍ਰੋਗਰਾਮ ਇਮੀਗ੍ਰੇਸ਼ਨ ਪ੍ਰੋਗਰਾਮਸ ਤੇ ਕਾਫੀ ਜ਼ਿਆਦਾ ਬੁਰਾ ਪ੍ਰਭਾਵ ਵੇਖਣ ਨੂੰ ਮਿਲੇ ਔਰ ਖਾਸ ਕਰਕੇ ਜਿੰਨਾ ਪ੍ਰੋਗਰਾਮਸ ਦੇ ਵਿੱਚ এমਪਲॉयर्स ਵੱਲੋਂ ਜੌਬ ਆਫਰਸ ਦੇ ਆਧਾਰ ਤੇ ਹੀ ওভারਸੀਜ਼ ਵਰਕਰਸ ਨੂੰ ਬੁਲਾਇਆ ਜਾਂਦਾ ਹੈ ਬੇਸ਼ੱਕ ਉਹ ਪਰਮਨੈਂਟ ਰੈਜ਼ੀਡੈਂਸੀ ਦੇ ਕੇਸਿਸ ਹੋਣ ਜਾਂ ਵਰਕ ਪਰਮਿਟ ਦੇ ਨਾਲ ਰਿਲੇਟਡ ਤਾਂ ਇਨ ਕੈਨੇਡਾ ਕੋਵਿਡ-19 ਦੇ ਕਰਕੇ ਬਹੁਤ ਸਾਰੀਆਂ ਕੈਨੇਡੀਅਨ ਲੋਕਾਂ ਦੀਆਂ ਜੌਬਸ ਵੀ ਚਲੀਆਂ ਗਈਆਂ ਸੋ এমਪਲॉयर्स ਨੂੰ ওভারਸੀਜ਼ ਵਰਕਰਸ ਨੂੰ ਜੌਬ ਆਫਰ ਦੇਣ ਦੇ ਵਿੱਚ ਭਾਰੀ ਦਿੱਕਤ ਵੇਖਣ ਨੂੰ ਮਿਲੇ ਇਥੇ ਅਸੀਂ ਖਾਸ ਤੌਰ ਤੇ ਅਟਲੈਂਟਿਕ ਇਮੀ ਸ਼ਨ ਪਾਇਲਟ ਪ੍ਰੋਗਰਾਮ ਦੀ ਗੱਲ ਕਰ ਰਹੇ ਹੈ ਜਿਸ ਦੇ ਵਿੱਚ ਈਸਟ ਕੋਸਟ ਪ੍ਰੋਵਿੰਸਸ ਫੋਰ ਪ੍ਰੋਵਿੰਸਸ ਕੈਨੇਡਾ ਦੀਆਂ ਆਉਂਦੀਆਂ ਹਨ ਪ੍ਰਿੰਸ ਐਡਵਰਡ ਨਿਊ ਬ੍ਰੰਸਵਿਕ ਨਿਊ ਫਾਉਂਡ ਲੈਬਰਾਡੋਰ ਅਤੇ ਨੋਵਾ ਸਕੋਸ਼ੀਆ ਐਟਲੰਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਨੂੰ ਮਾਰਚ 2017 ਤੋਂ ਲੈ ਕੇ 2020 ਤੱਕ 3 ਸਾਲ ਦੇ ਲਈ ਐਜ਼ ਅ ਪਾਇਲਟ ਪ੍ਰੋਗਰਾਮ ਚਲਾਇਆ ਗਿਆ ਸੀ ਪਰ ਇਹਨਾਂ 3 ਸਾਲਾਂ ਦੇ ਵਿੱਚ ਇਸ ਪਾਇਲਟ ਪ੍ਰੋਗਰਾਮ ਦੇ ਹੇਠ ਇਹਨਾਂ ਚਾਰਾਂ ਈਸਟ ਕੋਸਟ ਪ੍ਰੋਵਿੰਸਸ ਦੇ ਵਿੱਚ ਸਿਰਫ 5500 ਦੇ ਕਰੀਬ ਹੀ ਲੋਕ ਮਾਈਗ੍ਰੇਟ ਹੋ ਸਕੇ ਜੋ ਕਿ ਗਿਣਤੀ ਬਹੁਤ ਘੱਟ ਰਏ ਕਿਉਂਕਿ ਅਟਲੈਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ 雇ਰ ਡਰਾਈਵਨ ਪ੍ਰੋਗਰਾਮ ਸੀ ਔਰ ਔਰ ਜਿੱਥੇ ਇੱਕ ਪਾਸੇ ਇਥੇ ਅਪਲਾਈ ਕਰਨ ਵਾਲੇ ਲੋਕਾਂ ਨੂੰ ਬਹੁਤ ਘੱਟ ਬੈਂਡ ਸਕੋਰ ਦੀ ਲੋੜ ਸੀ ਐਜੂਕੇਸ਼ਨ ਦੀ ਬਹੁਤ ਘੱਟ ਜ਼ਰੂਰਤ ਸੀ ਪਰ ਇੱਕ ਹੀ ਸ਼ਰਤ ਉਹਦੇ ਵਿੱਚ ਮੇਨ ਸੀ ਕਿ ਉਹਨਾਂ ਨੂੰ ਇਹਨਾਂ ਪ੍ਰੋਵੈਂਸਿਸ ਦੇ ਵਿੱਚ ਰਹਿੰਦੇ ਹੋਏ ਕਿਸੇ ਵੀ 雇ਰ ਕੋਲੋਂ ਜੌਬ ਆਫਰ ਲੈਣਾ ਜ਼ਰੂਰੀ ਸੀ ਪਰ ਲੇਬਰ ਸ਼ਾਰਟੇਜ ਤੇ ਚੱਲਦੇ ਆ ਇਸ ਪਾਇਲਟ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਸਫਲਤਾ ਦੇਖਣ ਨੂੰ ਨਹੀਂ ਮਿਲੀ ਆਲਮੋਸਟ 45% ਮਾਈਗ੍ਰੈਂਟਸ ਜਿਹੜੇ ਇਸ ਪ੍ਰੋਗਰਾਮ ਦੇ ਅਧੀਨ ਕੈਨੇਡਾ ਦੇ ਵਿੱਚ ਐਂਟਰ ਹੋਏ ਉਹਨਾਂ ਵਿੱਚ ਨਿਊ ਬਰੰਸਵਿਕ ਤੇ ਵਿੱਚ 45% ਨੋਵਾ ਸਕੋਸ਼ੀਆ ਦੇ ਵਿੱਚ 34% ਟ੍ਰਿੰਸ ਐਡਵਰਡਾ ਤੇ ਨਿਊ ਫਾਉਂਡਲੈਂਡ ਲੈਬਰਾਡੋਰ ਪ੍ਰੋਵਿੰਸਿਸ ਦੇ ਵਿੱਚ ਸਿਰਫ 10% ਹੀ ਲੋਕਾਂ ਨੇ ਇਮੀਗ੍ਰੇਸ਼ਨ ਪ੍ਰਾਪਤ ਕੀਤੀ ਪਰ ਹਾਲ ਹੀ ਵਿੱਚ ਕੀਤੇ ਹੋਏ ਸਰਵੇ ਤੋਂ ਇਹ ਗੱਲ ਦਾ ਵੀ ਅਨੁਮਾਨ ਗਵਰਨਮੈਂਟ ਨੂੰ ਹੋਇਆ ਹੈ ਕਿ ਜਿੰਨੇ ਵੀ ਲੋਕਾਂ ਨੇ ਇਹਨਾਂ ਪ੍ਰੋਵਿੰਸਿਸ ਤੇ ਦੇ ਮਾਈਗ੍ਰੇਟ ਕੀਤਾ ਹੈ ਉਹ ਇਹਨਾਂ ਪ੍ਰੋਵਿੰਸਿਸ ਦੇ ਵਿੱਚ ਹੀ ਰਹਿ ਰਹੇ ਹਨ ਅਤੇ ਇਹਨਾਂ ਜਗਾਵਾਂ ਨੂੰ ਛੱਡ ਕੇ ਉਹ ਹੋਰ ਵੱਡੇ ਸ਼ਹਿਰਾਂ ਜਿਵੇਂ ਕਿ ਟੋਰਾਂਟੋ, ਮੌਂਟਰੀਅਲ, ਵੈਨਕੂਵਰ ਵਗੈਰਾ ਦੇ ਵਿੱਚ ਮੂਵ ਨਹੀਂ ਹੋਏ। ਔਰ ਇਹਨਾਂ ਪ੍ਰੋਵਿੰਸਿਸ ਤੇ ਵਿੱਚ ਨਵੇਂ ਆਏ ਲੋਕ ਇੱਥੇ ਹੀ ਰਹਿਣਾ ਪਸੰਦ ਕਰਦੇ ਹਨ। ਨਵੇਂ ਵਸੇ ਲੋਕਾਂ ਨੂੰ ਇੱਥੋਂ ਦੀ ਕਮਿਊਨਿਟੀ, ਕਾਸਟ ਆਫ ਲਿਵਿੰਗ ਅਫੋਰਡੇਬਲ ਲੱਗੀ ਔਰ ਇੱਥੇ ਜੋ ਉਹਨਾਂ ਨੂੰ ਨੌਕਰੀਆਂ ਮਿਲੀਆਂ ਉਹਨਾਂ ਨੂੰ ਵੀ ਨਵੇਂ ਮਾਈਗ੍ਰੈਂਟਸ ਵੱਲੋਂ ਸੰਦ ਕੀ ਤੱਕ ਗਿਆ ਇਹਨਾਂ ਤੱਥਾਂ ਨੂੰ ਹੀ ਆਧਾਰ ਬਣਾ ਕੇ ਐਟਲੈਂਟਿਕ immigration pilot program ਨੂੰ ਦਸੰਬਰ 2021 2021 ਸਾਲ ਦੇ ਦਸੰਬਰ ਤੱਕ ਐਕਸਟੈਂਡ ਕਰ ਦਿੱਤਾ ਗਿਆ ਹੈ ਅਤੇ ਜੋ ਵੀ ਲੋਕ ਆਪਣੀਆਂ ਨਵੀਆਂ ਫਾਈਲਾਂ ਇਸ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਅਧੀਨ ਲਾਉਣਾ ਚਾਹੁੰਦੇ ਹਨ ਉਹ ਦਸੰਬਰ 2021 ਤੱਕ ਆਪਣੀਆਂ ਫਾਈਲਾਂ ਹੁਣ ਸਬਮਿਟ ਕਰ ਸਕਣਗੇ ਗਵਰਨਮੈਂਟ ਵੱਲੋਂ ਨਵੀਆਂ-ਨਵੀਆਂ ਤਜ਼ਵੀਜ਼ਾਂ ਦੇ ਰਹੇ ਇਸ ਗੱਲ ਨੂੰ ਅਸ਼ੋਰ ਕੀਤਾ ਜਾ ਰਿਹਾ ਹੈ ਕਿ ਯਾਦਾ ਤੋਂ ਯਾਦਾ ਲੋਕਾਂ ਨੂੰ ਇਹਨਾਂ ਸੂਬਿਆਂ ਦੇ ਵਿੱਚ ਵਸਾਏ ਜਾਵੇ ਅਤੇ ਹੋਰ ਵੀ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਜਾਵੇ ਤਾਂ ਜੋ ਲੋਕਾਂ ਦਾ ਰੁਝਾਨ ਇਨ ਅਟਲੈਂਟਿਕ ਪ੍ਰੋਵਿੰਸਿਸ ਤੇ ਵੱਲ ਵਧੇ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਪਰਮਨੈਂਟ ਰੈਜ਼ਿਡੈਂਸੀ ਸੌਖੀ ਮਿਲਣ ਦੇ ਕਾਰਨ ਇਹਨਾਂ ਪ੍ਰੋਵਿੰਸਿਸ ਦੇ ਵਿੱਚ ਮੂਵ ਹੁੰਦੇ ਰਹੇ ਹਨ ਪਰ ਪਰਮਨੈਂਟ ਰੈਜ਼ਿਡੈਂਸੀ ਮਿਲਣ ਤੋਂ ਬਾਅਦ ਉਹ ਫਿਰ ਰਵਾਇਤੀ ਸੂਬਿਆਂ ਜਿਨ੍ਹਾਂ ਵਿੱਚ ਕਿਊਬੈਕ, অন্ਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਹਨ ਉਹਨਾਂ ਦੇ ਵਿੱਚ ਹੀ ਚਲੇ ਜਾਂਦੇ ਰਹੇ ਹਨ ਹੁਣ ਗਵਰਨਮੈਂਟ ਵੱਲੋਂ ਇੱਥੇ ਵਸ ਰਹੇ ਲੋਕਾਂ ਦੇ ਲਈ ਹੋਰ ਜਿਆਦਾ ਸਹੂਲਤਾਂ ਨਵੇਂ ਪ੍ਰੋਗਰਾਮ ਵਚਾਰ ਅਧੀਨ ਹਨ ਤਾਂ ਜੋ ਨਵੇਂ ਆਉਣ ਵਾਲੇ ਹੋਰ ਲੋਕਾਂ ਲਈ ਰਸਤੇ ਨੂੰ ਸੌਖਾ ਕੀਤਾ ਜਾ ਸਕੇ ਜੋ ਦੋਸਤ ਅਟਲੈਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਬਾਰੇ ਹੋਰ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਇਸ ਵੀਡੀਓ ਦੇ ਅੰਤ ਦੇ ਵਿੱਚ ਵੀ ਅਸੀਂ ਅਟਲੈਂਟਿਕ ਪਾਇਲਟ ਪ੍ਰੋਗਰਾਮ ਦੇ ਨਾਲ ਰਿਲੇਟਡ ਵੀਡੀਓ ਦਾ ਲਿੰਕ ਦੇ ਰਹੇ ਹਾਂ ਜਿਹਦੇ ਤੋਂ ਤੁਸੀਂ ਅਟਲੈਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਬਾਰੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹਾਂ ਨਵੀਆਂ-ਨਵੀਆਂ ਇਮੀਗ੍ਰੇਸ਼ਨ ਅਪਡੇਟਸ ਤੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ Amazon Canada ਦੇ ਨਾਲ